ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਪ੍ਰੋਟੀਨ ਸ਼ੇਕ ਕਿਸ ਤਰ੍ਹਾਂ ਬਣਾ ਸਕਦੇ ਹਾਂ। ਇੱਕ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਸਮਝਾਉਂਗਾ ਪ੍ਰੋਟੀਨ ਸ਼ੇਕ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ, ਠੀਕ ਹੈ। ਉਸ ਦੇ ਬਾਅਦ ਤਾਂ ਮੈਂ ਕੇਲਾ ਲਿੱਤਾ, ਆ ਤੁਸੀਂ ਦੇ ਸਕਦੇ ਜੈਮ ਹੈ, ਇਹ ਕਈ ਫਲੇਵਰਾਂ ਵਿੱਚ ਆ ਜਾਂਦਾ, ਕੋਈ ਸਟ੍ਰਾਬੇਰੀ ਫਲੇਵਰ ਵੀ ਆ, ਕੋਈ ਹੋਰ ਤਰ੍ਹਾਂ ਦੇ ਫਲੇਵਰ, ਤੁਸੀਂ ਕੋਈ ਵੀ ਜੈਮ ਇਸ ਦੇ ਵਿੱਚ ਪਾ ਸਕਦੇ ਆ, ਠੀਕ ਹੈ। ਅਤੇ ਇੱਕ ਗਲਾਸ ਮੈਂ ਦੁੱਧ ਲਿੱਤਾ, ਸਿੰਪਲ ਪ੍ਰੋਟੀਨ ਸ਼ੇਕ ਹੈ ਜੇ ਜਿਮ ਵਾਲਿਆਂ ਵਾਸਤੇ, ਉਹ ਤੁਹਾਨੂੰ ਮੈਂ ਦੱਸਦਾ। ਤੁਸੀਂ ਇਸ ਦੇ ਵਿੱਚ ਦੁੱਧ ਵਿੱਚ 2 ਚਮਚੇ ਕਰੀਮ ਦੇ ਪਾ ਸਕਦੇ ਹਾਂ, ਜੋ ਦੁੱਧ ਵਾਲੀ ਮਲਾਈ ਹੁੰਦੀ 2 ਚਮਚੇ ਉਸਦੇ ਪਾ ਸਕਦੇ ਹਾਂ। 2 ਅੰਡੇ ਪਾ ਸਕਦੇ ਹਾਂ, ਅੰਡੇ ਦਾ ਤੁਸੀਂ ਜੋ ਪਿੜਾ ਜਿਹਾ ਹੁੰਦਾ ਨਾ ਉਹ ਤੁਸੀਂ ਕੱਢ ਲੈਣਾ ਉਸ ਦੇ ਵਿੱਚੋਂ, ਅਤੇ ਜੋ ਉਸ ਸਾਈਡਾਂ ਵਾਲਾ ਹੁੰਦਾ ਪਤਲਾ ਪਤਲਾ ਜਿਹਾ, ਉਹ ਤੁਸੀਂ ਉਸ ਦੇ ਵਿੱਚ ਪਾ ਦੇਣਾ। ਉਹ ਜਿਮ ਵਾਲਿਆਂ ਵਾਸਤੇ ਬਹੁਤ ਵਧੀਆ ਐਨਰਜੀ ਵਾਲਾ ਬਣ ਜਾਂਦਾ ਆਪਣਾ। ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਪ੍ਰੋਟੀਨ ਸ਼ੇਕ ਬਣਾ ਸਕਦੇ ਹਾਂ। ਹੁਣ ਆਪਾਂ ਤੁਹਾਨੂੰ ਮੈਂ ਬਣਾ ਕੇ ਦੱਸਦਾ ਆਪਾਂ ਨੇ ਕਿਸ ਤਰ੍ਹਾਂ ਬਣਾਉਣਾ ਇਹ। ਫਿਰ ਤੁਸੀਂ ਇੱਕ ਮਿਕਸੀ ਵਾਲਾ ਕੱਪ ਲੈਣਾ, ਉਸ ਦੇ ਵਿੱਚ ਸਭ ਤੋਂ ਪਹਿਲਾਂ ਕੇਲਾ ਛਿਲਕ ਪਾ ਲੈਣਾ ਉਸ ਦੇ ਵਿੱਚ, ਠੀਕ ਹੈ ਜੀ। ਅਤੇ ਆ ਦੇਖੋ ਮੈਂ ਇਸ ਦੇ ਵਿੱਚ ਕੇਲਾ ਪਾ ਲਿਆ, ਉਸ ਤੋਂ ਬਾਅਦ ਤੁਸੀਂ ਉਸਦੇ ਵਿੱਚ ਦੁੱਧ ਪਾ ਲੈਣਾ। ਜੋ ਇਹ ਮੇਰੇ ਕੋਲ ਫਲੇਵਰ ਹੈ, ਇਹ ਅਨਾਰ ਦਾ ਜੈਮ ਹੈ। ਆ ਦੇਖੋ ਮੈਂ ਇਸ ਦੇ ਵਿੱਚ 2 ਚਮਚੇ ਪਾਊਂਗਾ। ਅਤੇ ਹੁਣ ਇੱਕ ਦੂਜੀ ਗੱਲ, ਜੇ ਤੁਸੀਂ ਇਸ ਨੂੰ ਹੋਰ ਮਿੱਠਾ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਇਸ ਦੇ ਵਿੱਚ ਚੀਨੀ ਵੀ ਪਾ ਸਕਦੇ ਹਾਂ, ਠੀਕ ਹੈ। ਜੇ ਤੁਸੀਂ ਇਸ ਨੂੰ ਹੋਰ ਠੰਡਾ ਕਰਨਾ ਚਾਹੁੰਦੇ ਹਾਂ ਤਾਂ ਇਸ ਦੇ ਵਿੱਚ ਤੁਸੀਂ ਡਰਾਈ ਆਈਸ ਪਾ ਸਕਦੇ ਹਾਂ। ਫਿਰ ਆਪਾਂ ਇਸ ਦਾ ਸ਼ੇਕ ਬਣਾ ਦੇਵਾਂਗੇ, ਐਨ ਇਸ ਨੂੰ ਮਿਕਸੀ ਉੱਪਰ ਚਲਾ ਕੇ ਐਨ ਮਿਕਸ ਕਰ ਦੇਵਾਂਗੇ ਇਸ ਨੂੰ। ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇਸ ਨੂੰ ਐਨ ਚੰਗੀ ਤਰ੍ਹਾਂ ਮਿਕਸ ਕਰ ਲਿਆ, ਅਤੇ ਆਪਣਾ ਹੁਣ ਸ਼ੇਕ ਬਣ ਕੇ ਤਿਆਰ ਹੈ। ਮੈਂ ਤਾਂ ਅਕਸਰ ਜਦੋਂ ਵੀ ਜਿਮ ਤੋਂ ਆਉਂਦਾ ਇਸ ਆਹੀ ਸ਼ੇਕ ਬਣਾ ਕੇ ਪੀਂਦਾ ਹੁੰਦਾ। ਦੇਖਿਆ ਜੀ ਅੱਜ ਮੈਂ ਇਹ ਪ੍ਰੋਟੀਨ ਸ਼ੇਕ ਕਿਸ ਤਰ੍ਹਾਂ ਬਣਾਇਆ। ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਪ੍ਰੋਟੀਨ ਸ਼ੇਕ ਬਣਾਉਣ ਦੀ ਜ਼ਰੂਰ ਟਰਾਈ ਕਰਿਓ। ਇਹ ਤੁਸੀਂ ਆਮ ਵੀ ਬਣਾ ਕੇ ਪੀ ਸਕਦੇ, ਜੋ ਅੱਜ ਕੱਲ੍ਹ ਜਿਮ ਜਾਂਦੇ ਉਹ ਵੀ ਬਣਾ ਕੇ ਪੀ ਸਕਦੇ ਆ। ਜਿਮ ਵਾਲੇ ਵਾਸਤੇ ਮੈਂ ਹੋਰ ਵੀ ਕੁਝ ਗੱਲਾਂ ਦੱਸੀਆਂ, ਤੁਸੀਂ ਉਹ ਵੀ ਇਸ ਦੇ ਵਿੱਚ ਐਡ ਕਰ ਸਕਦੇ ਆ, ਠੀਕ ਹੈ ਜੀ। ਅਤੇ ਬਹੁਤ ਹੀ ਟੇਸਟੀ ਬਣਦਾ। ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ, ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ।